ਪਰਿਵਾਰ ਵਿੱਚ ਕੌਣ ਕੌਣ ਹੈ? ਪਰਿਵਾਰ ਚ ਮੈਂ ਇੱਕ ਬੁੱਢਾ ਇੱਥੇ ਕਮਾਏ। ਅੱਛਾ, ਤੁਹਾਡੇ ਬੱਚੇ ਬੁੱਚੇ ਕਿੱਧਰ ਗਏ? ਬੱਚੇ ਮਰ ਗਏ। ਕਿੰਨੇ ਬੱਚੇ ਤੁਹਾਡੇ? ਤਿੰਨੇ ਕਾਕੇ, ਤਿੰਨੇ ਮੁੱਕ ਗਏ। ਕਿੰਨੀ ਉਮਰ ਹੋ ਗਈ ਤੁਹਾਡੀ? ਮੈਂ ਵੀਰ ਇੱਕ ਹੋ ਗਿਆ ਕਾਕਾ, ਉਹ ਵੀ ਆਪਦਾ ਨਸ਼ਾ ਪੱਤਾ ਕਰਦਾ ਹੈ। ਨਸ਼ਾ ਕਰਦਾ ਮੁੰਡਾ? ਹਾਂਜੀ, ਆਪਦਾ ਹੀ ਰੋਟੀ ਆਪਦੀ ਕਮਾ ਕੇ ਆਪੇ ਖਾਣੀ। ਕਿਸ ਤਰ੍ਹਾਂ ਦਾ ਨਸ਼ਾ ਕਰਦਾ? ਹਾਂਜੀ, ਗੋਲੀ ਗੱਟਾ ਸ਼ਰਾਬ ਪਿਆਲਾ ਸਾਰਾ ਹੀ ਕਰਦਾ। ਤੁਹਾਡਾ ਘਰ ਵਾਲਾ? ਨਹੀਂ, ਮੁੰਡਾ ਘਰ ਵਾਲਾ ਪੂਰਾ। ਹਾਂਜੀ, ਮੁੰਡਾ ਨਸ਼ਾ ਕਰਦਾ? ਹਾਂਜੀ, ਤਾਂ ਮਰ ਇੱਕ ਵਾਰੀ ਕੰਮ ਕਰਦੇ। ਹਾਂਜੀ, ਆਪਦਾ ਵੀਰ ਜੀ ਇਤਨਾ ਹੀ ਆ, ਦਿਹਾੜੀ ਦਾ ਪਾ ਕਰਕੇ ਖਾਈਦੇ ਆ, ਧੀਆਂ ਪੁੱਤ ਦਿੰਦੇ ਨੀਗੇ, ਫਿਰ ਟਾਈਮ ਪਾਸ ਤੇ ਹੁਣ ਕਰਨਾ ਵਾ ਨਾ, ਰੋਟੀ ਦੇ ਕਰਕੇ ਖਾਣੀ ਹੈ। ਰੋਟੀ ਕਰਕੇ ਖਾਣੀ? ਹਾਂਜੀ, ਭੁੱਖ ਹੋਵੇ ਤਾਂ ਆਪੇ ਤੁਰਨਾ ਪੈਂਦਾ, ਭੁੱਖ ਨੂੰ ਤੁਰਦੇ ਆ, ਤੇ ਜੇ ਰੋਟੀ ਘਰੋਂ ਮਿਲੇ ਆਪਾਂ ਕਦੀ ਵੀ ਨਾ ਆਈਏ। ਘਰੋਂ ਰੋਟੀ ਨੀ ਮਿਲਦੀ? ਕੀ ਮਤਲਬ? ਉਹ ਕਿ ਮਤਲਬ ਕਮਾ ਕੇ ਹੀ ਖਾਣੀ ਆਪਾਂ, ਕਮਾ ਕੇ ਖਾਣੀ ਆ। ਹਾਂ, ਅੱਛਾ ਅੱਛਾ, ਮਿਲਦਾ ਸਹੀ ਦੇ ਘਰੋਂ ਸੈਂਦਾ ਤੇ ਬੰਦਾ ਨਾ ਕਰੇ। ਜਦੋਂ ਆਪਾਂ ਵੀਰ ਮਿਹਨਤ ਕਰਨੀ, ਰੋਟੀ ਖਾਣੀ ਆਪਾਂ। ਸੋ ਸੰਗਤ ਜੀ, ਮੈਂ ਇੱਥੋਂ ਦੀ ਲੰਘ ਰਿਹਾ ਸੀ ਤੇ ਕਾਫੀ ਬਜ਼ੁਰਗ ਮਾਤਾਵਾਂ ਇੱਥੇ ਜਿਹੜੀਆਂ ਮਨਰੇਗਾ ਤਹਿਤ ਕੰਮ ਕਰ ਰਹੀਆਂ ਨੇ, ਇੱਕ ਮਾਤਾ ਮੈਨੂੰ ਨਜ਼ਰ ਆਏ ਤੇ ਮੈਂ ਕਿਹਾ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ। ਮਾਤਾ ਜੀ, ਕੀ ਨਾਂ ਤੁਹਾਡਾ? ਵੀਰੋ। ਵੀਰੋ ਵੀਰੋ, ਪਰਿਵਾਰ ਵਿੱਚ ਕੌਣ ਕੌਣ ਹੈ? ਪਰਿਵਾਰ ਚ ਮੈਂ ਇੱਕ ਬੁੱਢਾ ਇੱਥੇ ਕਮਾਇਆ ਜੀ। ਅੱਛਾ, ਤੁਹਾਡੇ ਬੱਚੇ ਬੁੱਚੇ ਕਿੱਧਰ ਗਏ? ਬੱਚੇ ਮਰ ਗਏ। ਕਿੰਨੇ ਬੱਚੇ ਸੀ ਤੁਹਾਡੇ? ਤਿੰਨੇ ਕਾਕੇ, ਤਿੰਨੇ ਮੁੱਕ ਗਏ। ਕਿੰਨੀ ਉਮਰ ਹੋ ਗਈ ਤੁਹਾਡੀ? ਹੋ ਗਈ 60 ਸਾਲ ਦੀ। ਪੈਨਸ਼ਨ ਮਿਲਦੀ ਸਰਕਾਰ? ਹਾਂ, ਮਿਲਦੀ। ਆਟਾ ਜਿਹੜੇ ਉਹ ਆਉਂਦੀ ਕਣਕ? ਉਹ ਵੀ ਨਹੀਂ ਮਿਲਦੀ। ਕਣਕ ਵੀ ਨਹੀਂ ਮਿਲਦੀ? ਕਣਕ ਮਿਲਦੀ। ਕਣਕ ਮਿਲਦੀ ਹੈ? ਹਾਂਜੀ। ਤੇ ਇੱਕ ਘਰ ਬਜ਼ੁਰਗ ਆ? ਹਾਂ। ਤੇ ਦੋਵੇਂ ਜੀ ਰਹਿੰਦੇ ਹੋ? ਦੋਵੇਂ ਜੀ। ਤੁਹਾਡੀ ਉਮਰ ਕਿੰਨੀ ਆਖਿਆ ਜੀ? ਉਮਰ 60 ਸਾਲ। ਨਹੀਂ, ਜ਼ਿਆਦੀ ਹੋ ਗਈ, 70-75 ਦੇ ਲਗਭਗ ਸਾ ਸੰਗਤ ਜੀ। ਤੇ ਮਾਤਾ ਜੀ 70-75 ਤੋਂ ਉੱਪਰ ਦੀ ਉਮਰ ਦੇ ਆ, ਪਰ ਅੱਜ ਮਨਰੇਗਾ ਦੀ ਦਿਹਾੜੀ ਕਰ ਰਹੇ ਕਿਉਂਕਿ ਘਰ ਦੇ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ। ਕਮਾਈ ਕੋਈ? ਤੇ ਮਾਤਾ ਜੀ ਫਿਰ ਗੁਜ਼ਾਰਾ ਹੋ ਜਾਂਦਾ ਇਹਦੇ ਨਾਲ? ਪੈਸੇ ਪੂਏ ਮਿਲ ਜਾਂਦੇ ਆ? ਕੋਈ ਪਿਲਸਾਂ ਦੇ ਕੁਛ ਇਹ ਲੈ ਜਾਏ, ਇਤਰ ਮਿਲਦੀ ਜਾਂਦੀ। ਅੱਛਾ ਅੱਛਾ ਅੱਛਾ, ਉਹਨੇ ਕਈ ਚੱਲ ਜਿਆਦੀ ਨਹੀਂ, ਆਪਾਂ ਬਤਿਸ਼ਾ ਗਿਆ, ਆਪਾਂ ਕਿਹੜਾ ਗੰਦ ਪਿਲ ਖਾਣਾ? ਅੱਛਾ ਅੱਛਾ, ਮੀਟ ਨਹੀਂ, ਆਂਡਾ ਨਹੀਂ, ਤੇ ਰੋਟੀ ਕਮਾ ਕੇ ਚਾਹ ਹੀ ਆਪਦਾ ਨਸ਼ਾ ਪੱਤਾ ਕਰਦਾ ਹੈ। ਨਸ਼ਾ ਕਰਦਾ ਮੁੰਡਾ? ਹਾਂਜੀ, ਆਪਦਾ ਹੀ ਰੋਟੀ ਆਪਦੀ ਕਮਾ ਕੇ ਆਪੇ ਖਾਣੀ। ਕਿਸ ਤਰ੍ਹਾਂ ਦਾ ਨਸ਼ਾ ਕਰਦਾ? ਹਾਂਜੀ, ਗੋਲੀ ਗੱਟਾ ਸ਼ਰਾਬ ਪਿਆਲਾ ਸਾਰਾ ਹੀ ਕਰਦਾ। ਤੁਹਾਡਾ ਘਰ ਵਾਲਾ? ਨਹੀਂ, ਮੁੰਡਾ ਘਰ ਵਾਲਾ ਪੂਰਾ। ਹਾਂਜੀ, ਮੁੰਡਾ ਨਸ਼ਾ ਕਰਦਾ? ਹਾਂਜੀ, ਤਾਂ ਮਰ ਇੱਕ ਵਾਰੀ ਕੰਮ ਕਰਦੇ। ਹਾਂਜੀ, ਇੱਕੋ ਹੀ ਕਾਕਾ। ਹਾਂਜੀ, ਮੇਰਾ ਵੀ ਕਾਕਾ ਜਿਹੜੇ ਨਿੱਕਾ ਉਹ ਨਸ਼ਾ ਕਰਦਾ ਵਾ। ਤੁਹਾਡਾ ਕੀ ਆਪਣਾ ਨਾਂ ਕੀ ਤੁਹਾਡਾ? ਜਸਵੀਰ ਕੌਰ। ਇਧਰ ਨੂੰ ਕਰੋ ਕਿਹਾ? ਜਸਵੀਰ ਕੌਰ। ਜਸਵੀਰ ਕੌਰ? ਹਾਂਜੀ। ਤੇ ਜਸਵੀਰ ਕੌਰ ਤੁਹਾਡੇ ਕਿੰਨੇ ਬੱਚੇ ਆ? ਦੋ ਬੱਚੇ ਆ, ਤੇ ਇੱਕ ਗੁੜਗਾ ਵਾ, ਗੁੜਗਾ ਵਿਆਹਤੀ ਆ। ਗੁੜੀਆ ਵਿਆਹਤੀ? ਤੇ ਮੁੰਡਾ ਵੱਡਾ ਵਿਆਹ ਤੇ ਉਹ ਨਹੀਂ ਪੈਸਾ ਧੇਲਾ ਦਿੰਦਾ, ਤੇ ਜਿਹੜਾ ਨਿੱਕਾ ਵਾ ਉਹ ਨਸ਼ਾ ਪੱਤਾ ਬੜਾ ਕਰਦਾ ਵਾ। ਪਿੰਡ ਕਿਹੜਾ ਤੁਹਾਡਾ? ਪਿੰਡ ਠੱਠਾ। ਠੱਠੇ ਦੇ ਹੀ ਆ। ਕਦੀ ਸਰਕਾਰ ਕੋਲ ਕੋਈ ਪੁਲਿਸ ਵਾਲਿਆਂ ਨੂੰ ਦੱਸਿਆ ਨਹੀਂ ਤੁਸੀਂ ਮੇਰਾ ਬੱਚਾ ਨਸ਼ਾ ਕਰਦਾ? ਅੱਛਾ ਅੱਛਾ। ਹੜਦੇ ਨਹੀਂ, ਹੜਦਾ ਹੀ ਨਹੀਂ ਨਿੱਕਾ ਜਿਹੜਾ ਛੋਟਾ ਕਾਕਾ ਵਾ। ਆਹੋ, ਕਿੰਨਾ ਕੁ ਨਸ਼ਾ ਕਰਦਾ? ਗੋਲੀ ਆ ਜਿਹੜੀ ਸਰਕਾਰ ਦੀ, ਉਹ ਹੀ ਖਾਂਦਾ? ਉਹ ਖਾਂਦਾ ਤੇ ਸ਼ਰਾਬ ਸ਼ਰੂਬ ਪੀਂਦਾ। ਅੱਛਾ ਅੱਛਾ। ਤੁਹਾਡੀ ਉਮਰ ਕਿੰਨੀ ਹੋ ਗਈ? ਮੇਰੀ ਉਮਰ ਵਾਵਾ ਹੀ ਹੋ ਗਈ ਨੇ, 50 ਕੁ ਤੋਂ। ਵਾਵਾ 50 ਸਾਲ ਹੋ ਗਏ। ਤੇ ਫਿਰ ਗੁਜ਼ਾਰਾ ਗੁਜ਼ਾਰਾ ਕਿੱਦਾਂ ਹੋ ਗਿਆ? ਇਤਰਾ ਹੀ ਕਰਦੀ ਆ, ਤੇ ਪਤਾ ਦੀ ਮਿਹਨਤ ਮਨਜ਼ੂਰ ਕਰਕੇ ਤੇ ਫੇਰ ਖਾਣਾ ਹੈ। ਰੋਟੀ ਦੇ ਕਰਕੇ ਖਾਣੀ ਹੈ। ਸੁਰਿੰਦਰ ਕੌਰ, ਤੁਹਾਡੇ ਕਿੰਨੇ ਬੱਚੇ ਆ? ਬੱਚੇ ਮੇਰੇ ਦੋ ਤੇ ਇੱਕ ਕਾਕੇ ਦੀ ਬਾਂਹ ਵੱਡੀ ਜਵਾਨੀ ਵਾਰੇ ਦੀ। ਇੱਕ ਬਾਂਹ ਵੱਡੀ ਗਈ ਹੈ ਤੇ ਤਾਂ ਕਰਕੇ ਤੁਹਾਨੂੰ ਬ੍ਰੇਕਾ ਚਾਉਣਾ ਪੈਂਦਾ? ਹਾਂਜੀ ਹਾਂਜੀ। ਅੱਛਾ ਅੱਛਾ। ਬਾਪੂ ਜੂੜਿਆ ਬੈਠਾ 5-4 ਸਾਲ ਹੋ ਗਏ ਆ। ਬਾਪੂ ਜੂੜਿਆ ਬੈਠਾ? ਹਾਂਜੀ, ਤੇ ਗੁੱਡੀ ਹਿੱਤੀਆਂ 40 ਸਾਲਾਂ ਦੀ ਮੁੱਕ ਗਈ ਹੈ, ਕੱਲ ਥੋੜੇ ਦਿਨ ਹੋ ਗਏ ਆ ਗੁੱਡੀ ਮੁੱਕ ਗਈ। ਹਾਂਜੀ, ਤੇ ਮੈਨੂੰ ਕੰਮ ਕਰਕੇ ਪਤਾ ਕਰਕੇ ਬੁੱਢੇ ਦੀ ਦੁਆ ਦਾ। ਤੁਹਾਡੀ ਉਮਰ ਕਿੰਨੀ ਹੋਊਗੀ? ਮੇਰੀ ਪਤਾ 17 ਸਾਲਾਂ ਤੋਂ ਜ਼ਿਆਦਾ ਹੈ। 17 ਸਾਲਾਂ? ਹਾਂਜੀ।
ਸੋ ਦੋਸਤੋ ਇਹ ਘਰ ਘਰ ਦੀ ਕਹਾਣੀ ਹੈ। ਇੱਕ ਤਸਵੀਰ ਉਧਰਲੇ ਬੰਨੇ ਕੈਮਰਾ ਕਹੂੰਗਾ ਕਿ ਉਧਰ ਵੀ ਦਿਖਾ ਦਿਓ ਕਿ ਭੈਣਾਂ ਕੰਮ ਕਰ ਰਹੀਆਂ ਨੇ ਲਗਾਤਾਰ, ਤੁਸੀਂ ਦੇਖ ਸਕਦੇ ਹੋ। ਉਹ ਦੂਰ ਤੱਕ ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਘਰਾਂ ਦੀਆਂ ਮਜਬੂਰੀਆਂ ਨੇ। ਕਿਸੇ ਦਾ ਪੁੱਤ ਨਸ਼ਾ ਕਰਦਾ ਹੈ, ਕਿਸੇ ਦੀ ਨੂੰਹ ਲੜਦੀ ਹੈ, ਉਹ ਪੈਸੇ ਨਹੀਂ ਦਿੰਦੇ ਘਰ ਦੇ ਵਿੱਚ ਵਰਤਣ ਨੂੰ, ਤੇ ਮਾਤਾਵਾਂ ਨੇ ਦੱਸਿਆ ਕਿ ਸਾਡੇ ਬਜ਼ੁਰਗ ਜਿਹੜੇ ਆ ਉਹ ਜੂੜੇ ਬੈਠੇ ਆ, ਤੇ ਕੀ ਇਹਨੇ ਸਾਡੇ ਹਾਲਾਤ। ਤੇ ਆਪਾਂ ਕੁਝ ਹੋਰ ਭੈਣਾਂ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਆਪਾਂ ਉਹਨਾਂ ਕੋਲੋਂ ਵੀ ਜਾਣਦੇ। ਇੱਕ ਹੋਰ ਇਧਰ ਮਾਤਾ ਜੀ ਕਾਫੀ ਵਡੇਰੀ ਉਮਰ ਦੇ ਨੇ। ਮਾਤਾ ਜੀ ਤੁਹਾਡਾ ਕੀ ਨਾਂ ਹੈ? ਮੇਰਾ ਨਾਂ ਜਸਵੰਤ ਕੌਰ। ਜਸਵੰਤ ਕੌਰ, ਹਾਂਜੀ। ਤੁਹਾਡੇ ਬੱਚੇ ਕਿੰਨੇ ਆ? ਜੇ ਰੋਟੀ ਘਰੋਂ ਮਿਲੇ ਆਪਾਂ ਕਦੀ ਵੀ ਨਾ ਆਈਏ। ਘਰੋਂ ਰੋਟੀ ਨੀ ਮਿਲਦੀ? ਕੀ ਮਤਲਬ ਕਮਾ ਕੇ ਹੀ ਖਾਣੀ ਆਪਾਂ? ਘਰੋਂ ਸਹਿੰਦਾ ਬੰਦਾ ਨਾ ਤਰੇ, ਤੇ ਜਦੋਂ ਆਪਾਂ ਵੀਰ ਮਿਹਨਤ ਕਰਨੀ ਰੋਟੀ ਖਾਣੀ ਆਪਾਂ। ਹਾਂਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਵੀਰ ਜੀ, ਇਤਰਾ ਹੀ ਆ ਕੰਮ ਧੰਦਾ ਕਰਦੇ ਆ। ਅੱਜ ਕੱਲ ਜੇ ਤੁਹਾਨੂੰ ਪਤਾ ਜਿਹੋ ਜਿਹੇ ਕੰਮ ਨਸ਼ਾ ਪੱਤਿਆਂ ਦੇ ਚੱਲਣ ਡਏ ਆ, ਫਿਰ ਹੁਣ ਕਰਦੇ ਆ ਤੇ ਖਾਣੇ ਆ। ਤੁਹਾਡਾ ਬੇਟਾ ਵੀ ਨਸ਼ਾ ਕਰਦਾ? ਕਰਦੇ ਫਿਰਦੇ ਆ ਤੇ ਤਾਂ ਹੀ ਕੰਮ ਕਰਨਾ ਪੈਂਦਾ, ਇਤਰਾ ਹੀ ਕੰਮ ਕਰਨੇ ਪੈਂਦੇ ਆ। ਫਿਰ ਇਹ ਹਾਲਾਤ ਨਸ਼ੇ ਕਾਰਨ ਹੀ ਆ ਜਾਣਾ। ਮਾਤਾ ਤੁਹਾਡਾ ਕਿੰਨਾ ਹੈ? ਘਰ ਘਰ ਦੀ ਕਹਾਣੀ ਹੈ। ਬਹੁਤ ਸਾਰੇ ਪਰਿਵਾਰ ਐਸੇ ਨੇ ਜਿਹੜੇ ਕਿ ਨਸ਼ੇ ਦੀ ਲੱਤ ਦੇ ਵਿੱਚ ਰਹਿੰਦੇ ਨੇ। ਬੱਚੇ ਆਪ ਮੁੰਡੇ ਆਪ ਨਸ਼ਾ ਕਰੀ ਜਾਂਦੇ ਤੇ ਬਜ਼ੁਰਗ ਮਾਤਾਵਾਂ ਨੂੰ ਕੰਮ ਕਰਨ ਵਾਸਤੇ ਘਲਾ ਦਿੰਦੇ ਆ, ਤੇ ਸ਼ਾਇਦ ਇੱਦਾਂ ਦੀਆਂ ਵੀ ਕਹਾਣੀਆਂ ਹੋਣਗੀਆਂ ਇਹਨਾਂ ਦੀਆਂ ਵੀ ਜਿਹੜੇ ਇੱਥੋਂ ਕਮਾ ਕੇ ਖਾੜਦੀਆਂ ਨੇ ਉਹ ਵੀ ਨਸ਼ੇੜੀ ਪੁੱਤ ਜਿਹੜਾ ਉਹ ਪੱਲੇ ਨਾਲ ਖੋਲ ਕੇ ਲੈ ਜਾਂਦਾ। ਸਾਡੀ ਮਾਤਾ ਨੇ ਵੀ ਸਾਨੂੰ ਬੜੇ ਜੱਬਾਂ ਦੇ ਨਾਲ ਪਾਲਿਆ, ਅੱਜ ਪੜ੍ਹੇ ਲਿਖੇ ਆ, ਅੱਜ ਆਪਣਾ ਸੁਹਿਰ ਧੋਏ ਆ, ਪਰ ਇਹਨਾਂ ਮਾਤਾਵਾਂ ਦਾ ਦੇਣ ਕੌਣ ਦੇਊਗਾ ਯਾਰ, ਜਿਹੜੇ ਆਪਣੇ ਪਰਿਵਾਰ ਪਾਲਦੀਆਂ ਨੇ, ਬੱਚੇ ਪਾਲਦੀਆਂ ਨੇ। ਤੇ ਇੱਕ ਸਰਕਾਰ ਨੂੰ ਵੀ ਸਾਡੀ ਬੇਨਤੀ ਵੀ ਜਿਹੜੇ ਇਸ ਤਰ੍ਹਾਂ ਦੇ ਬਜ਼ੁਰਗ ਨੇ, ਇੱਕ ਵਾਅਦਾ ਕੀਤਾ ਗਿਆ ਸੀ ਕਿ 2500-2500 ਰੁਪਇਆ ਅਸੀਂ ਪੈਨਸ਼ਨ ਦੇਵਾਂਗੇ ਜਿਹੜੇ ਬੁੱਢੇ ਹੋ ਜਾਣਗੇ, ਜਾਂ ਫਿਰ ਇੱਕ ਭਗਵੰਤ ਮਾਨ ਆਉਂ ਵੀ ਆਪਾਂ ਗੱਲ ਕਰ ਲਈਏ। ਭਗਵੰਤ ਮਾਨ ਸਰਕਾਰ ਨੇ ਇੱਕ ਗੱਲ ਕੀਤੀ ਸੀ ਵੀ 1000-1000 ਰੁਪਇਆ ਅਕਾਊਂਟ 'ਚ ਪਾਵਾਂਗੇ। ਹਾਂਜੀ ਆਂਦੇ ਸੀ ਪਾਵਾਂਗੇ, ਪਰ ਨਹੀਂ ਪਾਏ। ਨਹੀਂ ਪਾਇਆ? ਹਾਂਜੀ ਚਾਹੀਦਾ ਨਾ ਉਹ ਪਾਉਣਾ? ਹਾਂਜੀ ਪਾਉਣਾ ਚਾਹੀਦਾ, ਜੇ ਨਾ ਵੀਰ ਜੇ ਸਾਡੇ ਕੋਲ ਕੰਮ ਹੋਵੇ ਅਸੀਂ ਉਹ ਵਿਕੇ ਖਾ ਸਕਦੇ ਹਾਂ। ਹਾਂਜੀ ਹੁਣ ਕੰਮ ਜੋਗੇ ਤਾਂ ਅਸੀਂ ਹੀ ਨਹੀਂ ਆ, ਤੇ ਚੱਲ ਸਾਨੂੰ 1000 ਰੁਪਇਆ ਪਾਈ ਜਾਣਾ, ਅਸੀਂ ਆਪਦਾ ਵਿਕੇ ਖਾ ਸਕਦੇ ਹਾਂ। ਕੁਲਦੀਪ ਕੌਰ। ਕੁਲਦੀਪ ਕੌਰ ਕੀ ਮੁਸ਼ਕਲਾ ਗੱਲ? ਮੇਰੇ ਕਾਕੇ ਦੀ ਲੱਤ ਟੁੱਟ ਗਈ। ਲੱਤ ਟੁੱਟ ਗਈ? ਹਾਂਜੀ। ਤਾਂ ਕਰਕੇ ਕੰਮ ਕਰਨਾ ਪੈ ਰਿਹਾ ਜੀ। ਅੱਛਾ ਅੱਛਾ। ਹੋਰ ਪਰਿਵਾਰ 'ਚ ਕੌਣ ਕੌਣ ਹੈ? ਕਾਕਾ ਅੱਡ ਬਾਹਰ ਹੈ। ਕਾਕਾ ਅੱਡ ਬਾਹਰ ਹੈ, ਉਹ ਨਹੀਂ ਦਿੰਦਾ ਲੈਂਦਾ ਕੁਛ ਵੀ? ਨਹੀਂ, ਉਹ ਰੋਕਦਾ ਨਹੀਂ ਤੁਹਾਨੂੰ ਵੀ ਤੁਸੀਂ ਨਾ ਜਾਇਆ ਕਰੋ? ਨਹੀਂ, ਉਹਨਾਂ ਕੀ ਉਹਦਾ ਨਿਕਾਹ ਜਿਹਾ ਬੱਚਾ, ਉਹਨਾਂ ਕੀ ਦਿਹਾੜੀ ਦਾ ਪੱਕ ਦੇ ਮਿਲੂ ਤੇ ਫੇਰ ਹੀ ਕੰਮ ਕਰਨਾ। ਕੰਮ ਕਰ ਕਰ। ਚਲੋ ਠੀਕ ਹੈ ਜੀ, ਧੰਨਵਾਦ। ਨਾਂ ਕੀ ਤੁਹਾਡਾ? ਮੇਰਾ ਨਾਂ ਚਰਨਜੀਤ ਕੌਰ। ਕਿਹੜਾ ਪਿੰਡ ਹੈ ਤੁਹਾਡਾ? ਤੇ ਪ੍ਰੋਬਲਮ ਇਹ ਮੇਰਾ ਬੰਦਾ ਸਿਰ ਤੇ। ਠੱਠਾ ਕੇ ਪਿੰਡ? ਬੋਲੋ ਬੋਲੋ। ਪਿੰਡ ਠੱਠਾ। ਠੱਠਾ ਪਿੰਡ? ਹਾਂਜੀ। ਕੀ ਮੁਸ਼ਕਲ ਹੈ ਤੁਹਾਨੂੰ? ਮੈਨੂੰ ਸਰ ਸੁਣਦਾ ਵੀ ਨੀਗਾ, ਕੰਨ ਤੇ ਬੋਲਦਾ ਨੀ ਗਾ। ਕਹਿੰਦਾ ਕੀ ਮੁਸ਼ਕਲ ਤੁਹਾਨੂੰ? ਮੁਸ਼ਕਲ ਇਹ ਆ ਮੇਰਾ ਬੰਦਾ ਸਿਰ ਤੇ ਨੀਗਾ। ਅੱਛਾ। ਤੇ ਮੈਂ ਨੋ ਪੁੱਤ ਰੋਟੀ ਨਹੀਂ ਦਿੰਦਾ। ਰੋਟੀ ਤੋਂ ਦੋ ਨਿਕੇ ਨਿਕੇ ਪੋਤਰਾ ਪੋਤਰੀ ਆ। ਨੋ ਪੁੱਤ ਰੋਟੀ ਨਹੀਂ ਦਿੰਦਾ? ਤੇ ਉਹ ਵੀਰ ਉਹ ਖੁਦ ਨੇ ਕੰਮ ਕਰਦਾ ਮੁੰਡਾ। ਅੱਛਾ। ਨਸ਼ਾ ਕਰਦਾ ਵਾ? ਨਸ਼ਾ ਕਰਦਾ। ਤੇ ਦੋ ਬੱਚੇ, ਪੜ੍ਹਾਈ ਲਿਖਾਈ ਦੇ ਖਰਚਾ ਤੇ ਇਸ ਤੋਂ ਬਹੁਤ ਤੰਗ ਆ। ਤੁਸੀਂ ਜ਼ਿਮੀਂਦਾਰ ਹੋ? ਹਾਂਜੀ। ਪੈਲੀ ਪੂਲੀ ਹੈ ਨਹੀਂ ਤੁਹਾਡੀ? ਨਹੀਂ। ਇਹਨਾਂ ਦੀ ਪੈਲੀ ਨਹੀਂ ਹੈਗੀ? ਪੈਲੀ ਕਿੱਧਰ ਗਈ? ਥੋੜਾ ਬਹੁਤ ਹੈਗਾ ਸੀ, ਵੇਚ ਕੇ ਅਸੀਂ ਕੋਠੇ ਕਾਠੇ ਪਾ ਲਿਆ। ਵੇਚ ਕੇ ਕੋਠੇ ਪਾ ਲਏ? ਹਾਂਜੀ। ਚਲੋ। ਤੇ ਮੈਂ ਸਾਰੇ ਇੱਧਰ ਦੇ ਨਹੀਂ ਕਿ ਮੈਂ ਕਲਕੱਤੇ ਦੀ ਹੈ, ਮੇਰੀ ਨੂੰਹ ਵੀ ਉੱਧਰ ਦੀ ਹੈ। ਅੱਛਾ ਅੱਛਾ। ਹਾਂਜੀ।
ਜਿਮੀਦਾਰ ਨੀ ਆ ਹਾਂਜੀ ਤੇ ਇਹਦੇ ਦੋ ਪੋਤਰੇ ਆ ਇਹ ਉਧਰ ਦੇ ਬੰਗਾਲ ਦੇ ਰਹਿਣ ਵਾਲੀਆਂ ਤੇ ਨਾ ਕੋਈ ਪਾੜੀ ਨਾ ਬੰਨਾ ਨਾ ਕੋਈ ਇਹਨਾਂ ਦਾ ਕੁਛ ਵੀ ਨੀ ਇਤਨਾ ਆਪਦੀ ਮਿਹਨਤ ਮਜ਼ਦੂਰੀ ਕਰਕੇ ਤੇ ਖਾਂਦੀ ਆ ਵੋਟਾਂ ਵਟਾ ਇਧਰੇ ਬਣੀਆਂ ਜੀ ਹਾਂਜੀ ਇਧਰੇ ਬਣੀਆਂ ਵੋਟ ਇਧਰੇ ਬਣੀਆਂ ਹਾਂਜੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਇਧਰ ਰਹਿੰਦੇ ਨੂੰ ਇਧਰ ਇਹ ਸ਼ੁਰੂ ਤੋਂ ਜੋ ਜਵਾਨੀ ਵਾਰੇ ਦੀ ਆਈ ਆ ਹਾਂਜੀ ਤੇ ਹੁਣ ਇਹਨੇ ਨੌਵੀਂ ਆਪਦੀ ਲਿਆਂਦੀ ਇਧਰ ਸੁਣਦਾ ਵੀ ਨਹੀਂਗਾ ਨਾ ਸੁਣਦਾ ਵੀ ਨਹੀਂ ਇਹਨੂੰ ਹਾਂਜੀ ਤੇ ਇਤਨਾ ਵਿਚਾਰੀ ਆਪਦਾ ਕਰਕੇ ਖਾਂਦੀ ਇਹਨੂੰ ਨਾਲ ਹੀ ਜਦੋਂ ਮਟਰਾਂ ਨੂੰ ਜਾਂ ਇਤਨਾ ਦਿਹਾੜੀ ਦਾ ਪੇਜ ਜਦੋਂ ਨੂੰ ਇਹੀ ਜਾਗੇ ਉਧਰ ਨੂੰ ਸਾਡੇ ਨਾਲ ਵਿਚਾਰੀ ਜਾਂਦੀ ਆ ਆਪਦਾ ਕਰਕੇ ਖਾਂਦੀ ਆ ਉਹ ਵੀ ਮਿਲਦੀ ਆ ਹਾਂ ਹੁਣ ਹੈ ਨੀ ਕਿਤੇ ਹੁਣ ਮੋਲੀ ਖਾਂਦੇ ਆ ਮੋਲੀ ਖਾਂਦੇ ਚਮਕੀਦਾਰ ਹਾਂਜੀ ਚਮਕੀਦਾਰ ਵਾਲਾ ਸਾਡਾ ਬਜ਼ੁਰਗ ਨਹੀਂ ਬਜ਼ੁਰਗ ਕਰਦਾ ਹੁੰਦਾ ਸੀ ਨਾ ਮੇਰੇ ਭਰਾ ਕੋਲੇ ਆ ਅੱਛਾ ਅੱਛਾ ਤੇ ਮੈਂ ਤੁਹਾਡੀ ਉਮਰ ਕਿੰਨੀ ਹੈ 60 ਤੇ 2 60 ਤੇ 2 ਹਾਂ ਤੇ ਤੁਸੀਂ ਕੰਮ ਕਰ ਰਹੇ ਹੋ ਤੇ ਬਾਕੀ ਪਰਿਵਾਰ ਮੁੰਡੇ ਬੰਡੇ ਕਿੱਥੇ ਤੁਹਾਡੇ ਨਹੀਂ ਮੁੰਡੇ ਦੋਵੇਂ ਆ ਤੇ ਅੱਡੋ ਅੱਡੀ ਆ ਕਹਾਣੀ ਹੈ ਜੇ ਸਰਕਾਰਾਂ ਸਾਡੀਆਂ ਸੁਹਿਰਦ ਆਉਣ ਜਿਵੇਂ 2500 ਰੁਪਿਆ ਪੈਨਸ਼ਨ ਦਾ ਵਾਅਦਾ ਸੀ ਜਾਂ ਇਹਨਾਂ ਨੂੰ 1000-1000 ਰੁਪਿਆ ਬਜ਼ੁਰਗ ਮਾਤਾ ਮੈਂ ਕਹਿੰਦਾ ਵੀ ਉਹ ਇੱਕ ਬਣ ਜਾਵੇ ਮੈਰਿਟ ਬਣ ਜਾਵੇ ਜਿਸ ਤਰ੍ਹਾਂ ਹੁਣ ਜਿਹੜੀਆਂ 60 ਸਾਲ ਤੋਂ ਉਮਰ ਦੀਆਂ ਵੱਡੀਆਂ ਮਾਤਾਵਾਂ ਨੇ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਜਿਹੜੀਆਂ ਘਰੇਲੂ ਔਰਤਾਂ ਨੇ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਜਾਵੇ ਇਸ ਤਰ੍ਹਾਂ ਵਾਰੀ ਵਾਰੀ ਹਰ ਇੱਕ ਤਰੀਕੇ ਦੇ ਨਾਲ ਇਸ ਕੰਮ ਨੂੰ ਜਿਹੜਾ ਜੇ ਵਾਅਦਾ ਕੀਤਾ ਸੀ ਤਾਂ ਉਹਨੂੰ ਪੂਰਾ ਵੀ ਕਰਨਾ ਚਾਹੀਦਾ ਇਹ ਬਜ਼ੁਰਗ ਮਾਤਾਵਾਂ ਜਿਹੜੀਆਂ ਲਗਭਗ 60-70 ਸਾਲ ਦੀ ਉਮਰ ਦੇ ਵਿੱਚ ਨੇ ਤੇ ਅੱਜ ਮਨਰੇਗਾ ਦੀ ਦਿਹਾੜੀ ਕਰਨੀਆਂ ਨੇ ਕਾਰਨ ਜ਼ਿਆਦਾ ਨਸ਼ੇ ਦਾ ਮੁੰਡੇ ਨਸ਼ਾ ਕਰੀ ਜਾਂਦੇ ਆ ਤੇ ਬਜ਼ੁਰਗ ਮਾਤਾਵਾਂ ਜਿਹੜੀਆਂ ਉਹਨਾਂ ਨੂੰ ਕੰਮ ਕਾਰ ਵਾਸਤੇ ਸੜਕਾਂ 'ਤੇ ਰੁਲਣਾ ਪੈ ਰਿਹਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ